लेटेस्ट अपडेट सब तो पहला देखने लाई सब्सक्राइब करो चैनल पंजाब ते प्रेस करो बेल आइकन। ठेस पहुंचती है गुरु की गोलक संगत प्यार विच भिज के उथे भेटा करती है। ये सुखबीर दीआं रैलियां वास्ते पैसा नहीं असी रखदे उथे, असी सरबत दे भले लई उथे भेटा करदे आ, गुरुद्वारिआं दे प्रबंध लई भेटा करदे आ। ਬਾਦਲ ਪਰਿਵਾਰ ਲੰਮੇ ਸਮੇਂ ਤੋਂ ਸਾਡੇ ਇਤਿਹਾਸਕ ਗੁਰਧਾਮਾਂ ਨੂੰ ਨਿੱਜੀ ਹਿੱਤਾਂ ਦੇ ਲਈ ਪੋਲੀਟੀਕਲ ਹਿੱਤਾਂ ਦੇ ਲਈ ਵਰਤ ਰਿਹਾ ਹੈ। ਗੁਰਦੁਆਰਿਆਂ ਨੂੰ ਇਹਨਾਂ ਨੇ ਸਿਆਸੀ ਕਾਨਫਰੰਸ ਕਰਨ ਲਈ ਮੀਟਿੰਗਾਂ ਕਰਨ ਲਈ ਰੱਖਿਆ ਹੋਇਆ ਹੈ। ਇਹਨਾਂ ਦੀਆਂ ਰੈਲੀਆਂ ਦੇ ਵਿੱਚ ਲੰਗਰ ਜਿਹੜਾ ਉਹ ਗੁਰਦੁਆਰਿਆਂ ਵਿੱਚੋਂ ਜਾ ਰਿਹਾ ਹੈ ਔਰ ਸਾਡੇ ਇਹ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਵੀ ਇਹ ਬਹੁਤ ਵੱਡੇ ਪੱਧਰ 'ਤੇ ਲੁੱਟ ਰਹੇ ਨੇ। ਦਰਬਾਰੇ ਖਾਲਸਾ ਵੱਲੋਂ ਚੋਣ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਚੋਣ ਕਮਿਸ਼ਨ ਨੂੰ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਦਰਬਾਰਾ ਖਾਲਸੇ ਦੀ ਜੋ ਇੱਕ ਵਫਦ ਮੈਨੂੰ ਮਿਲਾ ਹੈ ਕਿ ਐਪਲੀਕੇਸ਼ਨ ਦੇ ਕੇ ਗਏ ਹੈ, ਉਹਨਾਂ ਦਾ ਕੁਝ ਸ਼ਿਕਾਇਤ ਹੈ ਪੰਜਾਬ ਦੇ ਵਿੱਚ ਕੁਝ ਕੈਂਡੀਡੇਟਸ ਵੱਲੋਂ ਇਸ ਤਰੀਕਾ ਬਾਤੇ ਕਰੀ ਜਾ ਰਹੇ ਜੋ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੈ। ਇਹਦੇ ਬਾਰੇ ਮੈਂ ਸ਼ਿਕਾਇਤ ਕੀਤਾ ਹੈ, ਇਹਨਾਂ ਵੱਲੋਂ ਕਾਫੀ ਫੋਟੋਗ੍ਰਾਫਸ ਵਗੈਰਾ ਵੀ ਮੈਨੂੰ ਦਿੱਤਾ ਹੈ। ਸੰਬੰਧਿਤ ਪੂਰਾ ਜ਼ਿਲ੍ਹੇ ਦੀ ਆਰਓ ਰਹਿੰਦਾ ਹੈ, ਉਹਨਾਂ ਨੂੰ ਮੈਂ ਇਸ ਭੇਜ ਦਾਂਗਾ ਔਰ 24 ਘੰਟੇ ਦੇ ਵਿੱਚ ਹੀ ਰਿਪੋਰਟ ਮੰਗ ਕੇ ਫਿਰ ਬਣਦੀ ਕਾਰਵਾਈ ਅਸੀਂ ਕਰਾਂਗੇ। ਇੱਕ IGPC ਦੇ ਜਿਹੜੀਆਂ ਦਿੱਲੀ ਦੀਆਂ IGPC ਦੀਆਂ ਨੇ ਕੁਛ ਗੱਡੀਆਂ 2 ਯੂਜ਼ ਹੋ ਰਹੀਆਂ, ਅਕਾਲੀ ਦਲ ਦੇ ਕੈਂਡੀਡੇਟ ਕਰ ਰਹੇ ਆ, ਉਹ ਵੀ ਸ਼ਿਕਾਇਤ ਤੁਹਾਡੇ ਕੋਲ ਆਈ ਸੀ, ਉਹਦਾ ਕੋਈ ਪੁੱਛਿਆ ਤੁਸੀਂ? ਹਾਂ, ਇਸ ਤਰੀਕੇ ਸ਼ਿਕਾਇਤ ਤਾਂ ਆਈ ਸੀ ਜੋ ਜਾਂਚੇ ਤਾਂ ਜ਼ਰੂਰ ਕਰਾਏਗੇ, ਕਿਉਂਕਿ ਇਸ ਤਰੀਕਾ ਅਗਰ ਇਸ ਤਰੀਕਾ ਬਾਤੇ ਹੁੰਦਾ ਹੈ ਡੂੰਘੇ ਪੱਧਰ ਤੇ ਜਾ ਕੇ ਚੈੱਕ ਕਰਨ ਦੀ ਲੋੜ। ਸਰ ਕੋਈ ਸਬੂਤ ਵੀ ਦਿੱਤੇ ਨੇ ਉਹਨੇ, ਕੋਈ ਫੋਟੋਗ੍ਰਾਫ ਜਾਂ ਫੋਟੋਗ੍ਰਾਫ ਦਿੱਤਾ? ਗੱਡੀਆਂ ਯੂਜ਼ ਕਰਨ ਦਾ ਫੋਟੋਗ੍ਰਾਫ ਦਿੱਤਾ ਹੈ, ਫਿਰ ਇਹਨਾਂ ਨੂੰ ਐਗਜ਼ਾਮਿਨ ਕਰਵਾਏਗੇ। ਹੋਰ ਕਿਸ ਤਰ੍ਹਾਂ ਦੀ ਸ਼ਿਕਾਇਤ ਆ, ਜਿਹੜੇ ਚੈੱਕ ਵਗੈਰਾ ਵੀ ਲੱਗਿਆ ਨਾਲ? ਸ਼ਿਕਾਇਤ ਇਹੀ ਹੈ, ਕਈ ਵਾਰ ਇਹਨਾਂ ਦਾ ਕੋਈ ਪੈਸਾ ਦੀ ਲਾਲਚ ਇਸ ਤਰੀਕਾ ਗੱਲਬਾਤ ਹੈ। ਇਹ ਸਭ ਮਾਡਲ ਕੋਡ ਆਫ ਕੰਡਕਟ ਦੇ ਦਾਇਰੇ ਦੇ ਵਿੱਚ ਰਹਿ ਕੇ ਦੇਖਣਾ ਹੈ, ਦੇਖ ਕੇ ਜਿਹਦੇ ਵੀ ਜਿੱਥੇ ਵੀ ਬਣਦਾ ਹੈ ਕਾਰਵਾਈ ਜ਼ਰੂਰ ਕਰਾਂਗੇ। ਇੱਕ ਮੇਨ ਇਤਰਾਜ ਇਹਨਾਂ ਦਾ ਇਹ ਹੈ ਹਰਜਿੰਦਰ ਸਿੰਘ ਮਾਝੀ ਹੋਰਾਂ ਦਾ ਕਿ ਧਰਮ ਨੂੰ ਆਪ ਚੋਣਾਂ 'ਚ ਵਰਤਣਾ ਨਹੀਂ ਚਾਹੀਦਾ, ਉਹ ਵੀ ਇਹਨਾਂ ਨੇ ਮੇਜਰ ਸ਼ਿਕਾਇਤ ਕੀਤੀ ਹੈ। ਇਹ ਤਾਂ ਹੈ ਹੀ ਹੈ, ਰਿਪ੍ਰਜੈਂਟੇਸ਼ਨ ਆਫ ਪੀਪਲ ਐਕਟ ਦੇ ਤਹਿਤ ਧਾਰਾ 123 ਹੈ, ਇਹਦੇ ਵਿੱਚ ਬਹੁਤ ਸਾਫ ਸ਼ਬਦਾਂ ਵਿੱਚ ਲਿਖਿਆ ਹੋਇਆ ਹੈ ਕੋਈ ਵੀ ਕੈਂਡੀਡੇਟ ਜੋ ਚੋਣ ਲੜ ਰਹੇ ਹੈ ਉਹਨਾਂ ਵੱਲੋਂ ਇਸ ਤਰੀਕਾ ਗੱਲਬਾਤ ਨਹੀਂ ਕਰਨਾ ਚਾਹੀਦਾ। ਰਿਪ੍ਰਜੈਂਟੇਸ਼ਨ ਆਫ ਪੀਪਲ ਐਕਟ ਦੇ ਵਿੱਚ ਬਹੁਤ ਸਾਫ ਤੌਰ 'ਤੇ ਦੱਸਿਆ ਗਿਆ ਹੈ। ਮੇਰੇ ਵੱਲੋਂ ਵੀ ਕਈ ਵਾਰ ਜਦੋਂ ਵੀ ਪੋਲੀਟੀਕਲ ਪਾਰਟੀਜ਼ ਦੇ ਨੁਮਾਇੰਦੇ ਨਾਲ ਇੱਥੇ ਮੀਟਿੰਗ ਕੀਤਾ ਗਿਆ ਹੈ ਚੰਡੀਗੜ੍ਹ CEO ਦਾ ਮੇਰਾ ਦਫ਼ਤਰ ਦੇ ਇੱਥੇ ਸਾਰੀਆਂ ਪੋਲੀਟੀਕਲ ਪਾਰਟੀ ਨਾਲ ਮੈਂ ਲਗਾਤਾਰ ਘੱਟੋ ਘੱਟ 5-6 ਵਾਰ ਉਹਨਾਂ ਨਾਲ ਮੇਰਾ ਗੱਲਬਾਤ ਵੀ ਹੈ, ਉਹਨਾਂ ਨੇ ਮੈਨੂੰ ਅਪੀਲ ਕੀਤਾ, ਤੁਹਾਡੇ ਰਾਹੀਂ ਮੈਨੇ ਅਪੀਲ ਕੀਤਾ, ਹੁਣ ਵੀ ਅਪੀਲ ਕਰਦਾ ਪੰਜਾਬ ਦੇ ਵਿੱਚ ਸਾਰੀਆਂ ਜਿੰਨਾ ਵੀ ਕੈਂਡੀਡੇਟ ਚੋਣ ਲੜ ਰਹੇ ਇਸ ਤਰੀਕਾ ਰਿਪ੍ਰਜੈਂਟੇਸ਼ਨ ਆਫ ਪੀਪਲ ਐਕਟ 123 ਨੂੰ ਜ਼ਰੂਰ ਤੁਸੀਂ ਜ਼ਰੂਰ ਲਾਗੂ ਕਰਨਾ, ਇਹਦੇ ਵਿੱਚ ਕੋਈ ਮਾਡਲ ਕੋਡ ਆਫ ਕੰਡਕਟ ਨੂੰ ਵਾਇਲੇਸ਼ਨ ਨਹੀਂ ਕਰਨਾ, ਜਾਤੀ ਧਰਮ ਇਸ ਤਰੀਕਾ ਗੱਲਬਾਤ ਨਹੀਂ ਕਰਨਾ। ਤੇ ਹੁਣ ਤੱਕ ਕਿੰਨੇ ਕੁ ਉਮੀਦਵਾਰਾਂ ਖਿਲਾਫ ਸ਼ਿਕਾਇਤਾਂ ਤੁਹਾਡੇ ਕੋਲ ਆ ਗਈਆਂ ਨੇ, ਕੋਈ ਗਿਣਤੀ ਹੋਵੇ ਤੁਹਾਡੇ? ਟੋਟਲ ਉਮੀਦਵਾਰਾਂ ਦੇ ਖਿਲਾਫ ਨੇ, ਟੋਟਲ ਸ਼ਿਕਾਇਤ ਸਾਨੂੰ ਲਿਖੀ ਤੇ ਜੋ ਆਈ ਹੈ ਉਹ 1600 ਦੇ ਉੱਤੇ ਹੈ, ਸਾਰਿਆਂ ਦੇ ਤੇ ਕਾਰਵਾਈ ਹੋ ਗਈ ਹੈ। ਸਾਡੇ ਕੋਲ ਹੁਣ 200 ਦੀ ਆਸ ਪਾਸ ਪੇਂਡਿੰਗ ਹੈ, ਉਹ 2-3 ਦਿਨ ਦੀ ਪਿਛਲੇ ਆਏ ਹੋਏ ਹੈ। ਔਰ ਸੀ ਵਿਜਿਲ ਦੇ ਵਿੱਚ ਤੁਹਾਨੂੰ ਪਤਾ ਹੈ ਇੱਥੇ ਆਲਰੇਡੀ 2000 ਸੇ ਜ਼ਿਆਦਾ ਸ਼ਿਕਾਇਤ ਆ ਚੁੱਕੇ ਹੈ, 2293 ਸ਼ਿਕਾਇਤ, ਇਸਮੇ ਆਲਰੇਡੀ 1258 ਸ਼ਿਕਾਇਤ 'ਤੇ ਕਾਰਵਾਈ ਹੋ ਗਿਆ ਹੈ, ਕਿਉਂਕਿ ਇਸ ਤਰੀਕੇ ਆਪਣਾ ਲਗਾਤਾਰ ਕਾਰਵਾਈ ਕਰ ਰਹੇ, ਜਿੱਥੇ ਜਿੱਥੇ ਸਾਨੂੰ ਸਬੂਤ ਮਿਲਦਾ ਹੈ ਉਹਨਾਂ ਉੱਤੇ ਕਾਰਵਾਈ ਹੁੰਦਾ। ਕਈ ਸਾਰੇ ਲੋਕਾਂ ਦੇ ਖਿਲਾਫ਼ FIR ਵੀ ਹੋ ਗਿਆ ਹੈ, ਇੱਥੇ ਤਰਨ ਤਾਰਨ ਦੇ ਵਿੱਚ ਹੋਇਆ, ਲੁਧਿਆਣਾ ਦੇ ਵਿੱਚ ਹੋਇਆ, ਸੰਗਰੂਰ ਦੇ ਵਿੱਚ ਹੋਇਆ ਹੈ, ਔਰ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ ਹੈ। ਹੁਣ ਤੁਹਾਨੂੰ ਪਤਾ ਹੈ ਇੱਕ ਸੋਸ਼ਲ ਮੀਡੀਆ ਦੀ ਉੱਤੇ ਕੋਈ ਮਾਡਲ ਕੋਡ ਆਫ ਕੰਡਕਟ ਵਾਇਲੇਸ਼ਨ ਸੀ ਰੋਪੜ ਜ਼ਿਲ੍ਹੇ ਦੇ ਵਿੱਚ, ਉੱਥੇ ਵੀ FIR ਹੋਇਆ ਹੈ। ਇਸ ਤਰੀਕੇ ਜਿੰਨਾ ਵੀ ਸਾਡੇ ਕੋਲ ਸਬੂਤ ਮਿਲਦਾ ਹੈ ਤੁਰੰਤ ਕਾਰਵਾਈ ਹੋ ਜਾਂਦਾ ਹੈ। ਠੀਕ ਹੈ ਸਰ, ਇੱਕ ਲੰਗਰ ਪਹੁੰਚਾਇਆ ਜਾ ਰਿਹਾ, ਕੀ ਇਲੈਕਸ਼ਨ ਕਮਿਸ਼ਨ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਰੋਕ ਲਾ ਸਕਦਾ, ਕਿਉਂਕਿ ਅਕਾਲੀ ਦਲ ਕਹਿੰਦੀ ਵੀ ਅਸੀਂ ਰਿਲੀਜੀਅਸ ਪਾਰਟੀ ਹਾਂ ਅਤੇ ਗੁਰਦੁਆਰਿਆਂ ਦਾ ਲੰਗਰ ਜਿਹੜਾ ਲੋਕਾਂ ਲਈ ਹੀ ਹੁੰਦਾ, ਕਿਸ ਚੀਜ਼ 'ਤੇ ਰੋਕ ਲਾਈ ਜਾ ਸਕਦੀ? ਕੋਈ ਵੀ ਧਾਰਮਿਕ ਸਥਾਨ ਦੇ ਵਿੱਚ ਚੋਣ ਪ੍ਰਚਾਰ ਨਹੀਂ ਹੋਣਾ, ਇਹ ਬਹੁਤ
ਸਪਸ਼ਟ ਹੈ ਨਹੀਂ ਸਰ ਇਹ ਸ਼ਿਕਾਇਤ ਉਹਦੇ ਸਾਧਨ ਨਹੀਂ ਵਰਤੇ ਜਾ ਸਕਦੇ ਇਹ ਹੈਗਾ ਵੀ ਰੈਲੀਆਂ ਦੇ ਵਿੱਚ ਪਹੁੰਚੇ ਲੋਕਾਂ ਨੂੰ ਗੁਰਦੁਆਰੇ ਦਾ ਲੰਗਰ ਖਵਾਇਆ ਜਾ ਉੱਥੋਂ ਤਿਆਰ ਕਰਵਾ ਕੇ ਹਾਂ ਇਹ ਇਸ ਤੇ ਰੋਕ ਇਸ ਤਰੀਕੇ ਅਗਰ ਤੁਹਾਡੇ ਕੋਲ ਕੋਈ ਵੀਡੀਓ ਫੁਟੇਜ ਹੈ ਕੋਈ ਫੋਟੋਗ੍ਰਾਫਸ ਹੈ ਮੈਨੂੰ ਜ਼ਰੂਰ ਦਿਓ ਅਸੀਂ ਜਾਂਚ ਕਰਵਾਏਂਗੇ ਇਸੇ ਚੀਜ਼ ਸ਼ਿਕਾਇਤ ਹੈ ਸਰ ਜਿਹੜੀ ਤੁਹਾਨੂੰ ਇਸੇ ਵਿੱਚ ਮੈਨੂੰ ਉਹ ਲੰਗਰ ਦੀ ਗੱਲ ਰਿਟਨ ਵਿੱਚ ਹੋ ਗਿਆ ਲੇਕਿਨ ਫੁਟੇਜ ਨਹੀਂ ਫੋਟੋ ਵਿੱਚ ਨਹੀਂ ਹੈ ਜਦੋਂ ਵੀ ਸਾਡੇ ਕੋਲ ਇਸ ਤਰੀਕਾ ਫੁਟੇਜ ਆਉਂਦੇ ਵੀਡੀਓ ਫੁਟੇਜ ਜਾਂ ਕੋਈ ਮੀਡੀਆ ਤੇ ਆਉਂਦੀ ਹੈ ਅਸੀਂ ਤੁਰੰਤ ਸਾਡੇ ਕੋਲ ਇੱਕ MCMC ਟੀਮ ਹੈ ਮਾਡਲ ਕੋਡ ਆਫ ਕੰਡਕਟ ਨੂੰ ਦੇਖਣ ਲਈ ਔਰ ਮੀਡੀਆ ਸਰਟੀਫਿਕੇਸ਼ਨ ਟੀਮ ਲਗਾਤਾਰ 24 ਘੰਟੇ ਕੰਮ ਕਰਦੇ ਦੱਸਦੇ ਕਿ ਮੰਗ ਪੱਤਰ ਦੇਣ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਧਰਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਲੋਕ ਸਭਾ ਚੋਣਾਂ ਵਿੱਚ ਚੋਣ ਜ਼ਾਬਤੇ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਹੀ ਚਲਦੇ ਅਕਾਲੀ ਦਲ ਵੱਲੋਂ ਗੁਰੂ ਕਾ ਲੰਗਰ ਅਤੇ ਕਾਰ ਸੇਵਾ ਦੀ ਵਰਤੋਂ ਰੈਲੀਆਂ ਵਿੱਚ ਕੀਤੀ ਜਾ ਰਹੀ ਹੈ ਜਿਸ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚ ਰਹੀ ਹੈ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵਿਜੇ ਸਿੰਘ ਨੇ ਲੋਕਾਂ ਨਾਲ 43 ਲੱਖ ਰੁਪਏ ਦੀ ਠੱਗੀ ਲਗਾਈ ਹੈ ਅਤੇ ਉਸ ਨੇ ਕਿਹਾ ਸੀ ਕਿ ਇਹ ਪੈਸਾ ਸੁਖਬੀਰ ਬਾਦਲ ਕੋਲ ਜਾਣਾ ਅਸੀਂ ਜੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਉਮੀਦਵਾਰੀ ਸੈਂਟਰ 'ਚ ਦੇਖੋ ਉਹਨੂੰ ਰੱਦ ਕਰਵਾਉਣ ਦੇ ਲਈ ਅਸੀਂ ਅੱਜ ਦਰਬਾਰੇ ਖਾਲਸਾ ਜਥੇਬੰਦੀ ਵੱਲੋਂ ਤੇ ਸਾਡੇ ਨਾਲ ਇਹ ਪੀੜਤ ਵੀਰ ਆਏ ਨੇ ਇਹਦਾ ਕਾਰਨ ਇਹ ਹੈ ਕਿ ਇਹ ਬਾਦਲ ਪਰਿਵਾਰ ਲੰਮੇ ਸਮੇਂ ਤੋਂ ਸਾਡੇ ਇਤਿਹਾਸਕ ਗੁਰਧਾਮਾਂ ਨੂੰ ਨਿੱਜੀ ਹਿੱਤਾਂ ਦੇ ਲਈ ਪੋਲੀਟੀਕਲ ਹਿੱਤਾਂ ਦੇ ਲਈ ਵਰਤ ਰਿਹਾ ਹੈ ਗੁਰਦੁਆਰਿਆਂ ਨੂੰ ਇਹਨਾਂ ਨੇ ਸਿਆਸੀ ਕਾਨਫਰੰਸ ਕਰਨ ਲਈ ਮੀਟਿੰਗਾਂ ਕਰਨ ਲਈ ਰੱਖਿਆ ਹੋਇਆ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਲੰਗਰ ਜਿਹੜਾ ਉਹ ਗੁਰਦੁਆਰਿਆਂ ਵਿੱਚੋਂ ਜਾ ਰਿਹਾ ਔਰ ਸਾਡੇ ਇਹ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਵੀ ਇਹ ਬਹੁਤ ਵੱਡੇ ਪੱਧਰ ਤੇ ਲੁੱਟ ਰਹੇ ਨੇ ਸੁਖਬੀਰ ਨੇ SGPC ਦੇ ਵਿੱਚ ਇਸ ਤਰ੍ਹਾਂ ਦੇ ਕਰਿੰਦੇ ਰੱਖੇ ਹੋਏ ਨੇ ਜਿਹੜੇ ਨਾਰਮਲ ਲੋਕਾਂ ਨੂੰ ਕਹਿੰਦੇ ਨੇ ਕਿ ਤੁਸੀਂ ਸਾਨੂੰ ਪੈਸੇ ਦੇ ਦਿਓ 50-50 ਹਜ਼ਾਰ ਲੱਖ ਰੁਪਈਆ ਇਸੇ ਕਰਕੇ 46 ਬੰਦਿਆਂ ਤੋਂ ਲਗਭਗ 44 ਲੱਖ ਰੁਪਈਆ ਵਿਜੇ ਸਿੰਘ ਹੋਰਾਂ ਨੇ ਲੁੱਟਿਆ ਜਿਹਨੂੰ ਇਹਨਾਂ ਨੇ ਮੁਅੱਤਲ ਤਾਂ ਕਰਤਾ ਲੇਕਿਨ ਸੁਖਬੀਰ ਨੇ ਅਜੇ ਤੱਕ ਆਪਣਾ ਮੂੰਹ ਨਹੀਂ ਖੋਲਿਆ ਜਿਹੜੇ ਆ ਪੀੜਤ ਸਾਡੇ ਨਾਲ ਖੜੇ ਨੇ ਚੈੱਕ ਇਹਨਾਂ ਕੋਲ ਨੇ ਵਿਜੇ ਸਿੰਘ ਹੋਰਾਂ ਨੇ ਖਾਲੀ ਚੈੱਕ ਦਿੱਤੇ ਸੀਗੇ ਕਿ 2-2 ਲੱਖ ਦੇ 10-10 ਲੱਖ ਦੇ ਕਿ ਤੁਸੀਂ ਬੇਫਿਕਰ ਹੋ ਜਾਓ ਤੁਹਾਡੀ ਨੌਕਰੀ ਪੱਕੀ ਹੈ ਪਰ ਇਹਨਾਂ ਨੂੰ ਨੌਕਰੀ ਵੀ ਨਹੀਂ ਮਿਲੀ ਇਹਨਾਂ ਤੋਂ ਪੈਸਾ ਵੀ ਲੁੱਟਿਆ ਗਿਆ ਇਹ ਉਹਨਾਂ ਨੇ ਇਹ ਕਿਹਾ ਸੀ ਇਹਨਾਂ ਵੀਰਾਂ ਨੂੰ ਸਾਡਿਆਂ ਨੂੰ ਕਿ ਇਹ ਪ੍ਰਧਾਨ ਲੌਂਗੋਵਾਲ ਦੇ ਰਾਹੀਂ ਤੁਹਾਡਾ ਪੈਸਾ ਜਿਹੜਾ ਪਾਰਟੀ ਫੰਡ ਜਾਊਗਾ ਸੁਖਬੀਰ ਕੋਲੇ ਇਸ ਕਰਕੇ ਤੇ ਦਿੱਲੀ ਕਮੇਟੀ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਹਰਸਿਮਰਤ ਦੇ ਕਾਫਲੇ 'ਚ ਤੁਰੀਆਂ ਫਿਰਦੀਆਂ ਨੇ ਅਸੀਂ ਅੱਜ ਮੁੱਖ ਚੋਣ ਕਮਿਸ਼ਨ ਦੇ ਆਫਿਸ ਦੇ ਵਿੱਚ ਇਹ ਬੇਨਤੀ ਕਰਨ ਆਏ ਹਾਂ ਕਿ ਹਰਸਿਮਰਤ ਤੇ ਸੁਖਬੀਰ ਦੀ ਜਿਹੜੀ ਉਮੀਦਵਾਰੀ ਆ ਉਹਨੂੰ ਰੱਦ ਕਰਕੇ ਜਿਹੜਾ ਲੋਕਾਂ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਾਡੀਆਂ ਭਾਵਨਾਵਾਂ ਬਹੁਤ ਠੇਸ ਪਹੁੰਚਦੀ ਹੈ ਗੁਰੂ ਕੀ ਗੋਲਕ ਸੰਗਤ ਪਿਆਰ ਵਿੱਚ ਭਿੱਜ ਕੇ ਉੱਥੇ ਭੇਟਾ ਕਰਦੀ ਹੈ ਇਹ ਸੁਖਬੀਰ ਦੀਆਂ ਰੈਲੀਆਂ ਵਾਸਤੇ ਪੈਸਾ ਨਹੀਂ ਅਸੀਂ ਰੱਖਦੇ ਉੱਥੇ ਅਸੀਂ ਸਰਬੱਤ ਦੇ ਭਲੇ ਲਈ ਉੱਥੇ ਭੇਟਾ ਕਰਦੇ ਹਾਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਭੇਟਾ ਕਰਦੇ ਹਾਂ ਇਸ ਕਰਕੇ ਜਿਹੜੀ ਪ੍ਰਮੁੱਖ ਤੌਰ ਤੇ ਸ਼ਿਕਾਇਤ ਦਿੱਤੀ ਹੈ ਜੀ ਸਾਡੇ ਵੀਰਾਂ ਕੋਲ ਸਾਰੇ ਚੈੱਕ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਹੋਰ ਕੋਈ ਗੱਲਬਾਤ ਤੇ ਹੋਰ ਕਿਹੜੀ ਕਿਹੜੀ ਸ਼ਿਕਾਇਤ ਆ ਕਿ ਕਿੰਨੇ ਕੁ ਪੱਖ ਨੇ ਸ਼ਿਕਾਇਤ ਦੇ ਦੇਖੋ ਇਹਨਾਂ ਦਾ ਤਾਂ ਤੁਸੀਂ ਵਿਜੇ ਸਿੰਘ ਦੀ ਗੱਲ ਹਾਂਜੀ ਉਹ ਕੌਣ ਨੇ ਪੂਰਾ ਵਿਜੇ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਦੇ ਨੇ ਜਦੋਂ ਇਹਨਾਂ ਨੂੰ ਅਸੀਂ ਜਦੋਂ ਪ੍ਰੈਸ ਕਾਨਫਰੰਸ ਕੀਤੀ ਨਾ 4 ਮਈ ਨੂੰ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਕਿ ਐਡਾ ਵੱਡਾ ਫਰਾਡ ਹੋ ਗਿਆ ਤਾਂ ਉਸ ਤੋਂ ਬਾਅਦ ਦੁਪਹਿਰੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਤੇ ਸ਼ਾਮ ਨੂੰ ਵਿਜੇ ਸਿੰਘ ਨੂੰ ਇਹਨਾਂ ਨੇ ਮੁਅੱਤਲ ਕਰਤਾ ਲੇਕਿਨ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਅਗਸਤ 2018 ਦੇ ਉਹਨੇ ਪੈਸੇ ਲੁੱਟੇ ਨੇ ਇਹਨਾਂ ਤੋਂ ਹੁਣ ਤੱਕ ਸ਼੍ਰੋਮਣੀ ਕਮੇਟੀ ਨੇ ਸੁਖਬੀਰ ਹੋਰਾਂ ਨੇ ਲੌਂਗੋਵਾਲ ਨੇ ਕਾਰਵਾਈ ਕਿਉਂ ਨਹੀਂ ਕੀਤੀ ਜਦੋਂ ਪਤਾ ਲੱਗਿਆ ਕਿ ਰੌਲਾ ਪੈ ਜਾਊਗਾ ਤਾਂ ਇਹਨਾਂ ਨੇ ਉਹਨੂੰ ਮੁਅੱਤਲ ਕਰਕੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਕੀਤਾ ਲੇਕਿਨ ਸੁਖਬੀਰ ਅਜੇ ਤੱਕ ਚੁੱਪ ਹੈ ਇਸ ਮਸਲੇ ਤੇ ਇਹਦਾ ਮਤਲਬ ਜਿਹੜਾ ਸਾਡਾ ਸ਼ੱਕ ਹੈ ਕਿ ਪੈਸਾ ਸੁਖਬੀਰ ਤੱਕ ਪਹੁੰਚਿਆ ਜਿਹੜਾ ਆਪ ਵਿਜੇ ਸਿੰਘ ਕਹਿੰਦਾ ਸੀਗਾ ਵੀ ਸੁਖਬੀਰ ਕੋਲ ਜਾਊਗਾ ਉਹ ਜਿਹੜਾ ਸ਼ੱਕ ਹੈ ਸਾਡਾ ਹੋਰ ਗਹਿਰਾ ਹੋ ਰਿਹਾ ਲਗਭਗ 5-6 ਦਿਨ ਬੀਤ ਗਏ ਅਜੇ ਤੱਕ ਉਹ ਚੁੱਪੀ ਨਹੀਂ ਤੋੜ ਰਿਹਾ ਇਹ ਇਸ਼ੂ ਹੈਗਾ ਜੀ ਬੜਾ ਵੱਡਾ ਦੱਸਦੇ ਕਿ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਦਾ ਥਾਂ ਥਾਂ ਤੇ ਵਿਰੋਧ ਕੀਤਾ ਜਾ ਰਿਹਾ ਅਤੇ ਹੁਣ ਰੈਲੀਆਂ ਵਿੱਚ ਗੁਰੂ ਕਾ ਲੰਗਰ ਅਤੇ ਕਾਰ ਸੇਵਾ ਦੀ ਵਰਤੋਂ ਅਕਾਲੀ ਦਲ ਨੂੰ ਚੋਣਾਂ ਦੌਰਾਨ ਘੇਰਾ ਪਾ ਸਕਦੀਆਂ ਨੇ ਚੰਡੀਗੜ੍ਹ ਤੋਂ ਬਿਊਰੋ ਰਿਪੋਰਟ ਚੈਨਲ ਪੰਜਾਬ ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ
ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। It's cool to be Punjabi.